ਹੈਲੋ ਆਲ ਆਫ ਯੂ ਅੱਜ ਦਾ ਆਪਣਾ ਟਾਪਿਕ ਹੈ ਸਿਟੀਨਸ਼ਿਪ ਨਾਗਿਰਤਾ ਸੋ ਨਾਗਰਿਕਤਾ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਇਸ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੀ ਸੋ ਪਾਰਟ ਸੈਕੰਡ ਦੀ ਗੱਲ ਕਰਾਂਗੇ ਆਰਟੀਕਲ 5 ਤੋਂ ਲੈ ਕੇ 11 ਤੱਕ ਹੈ 5 ਤੋਂ ਲੈ ਕੇ 11 ਤੱਕ ਆਰਟੀਕਲ ਦੇ ਨਾਲ ਸੰਬੰਧਿਤ ਹੈ ਜੀ ਪਾਰਟ ਸੈਕੰਡ ਸਿਟੀਨਸ਼ਿਪ ਦੇ ਨਾਲ ਸੰਬੰਧਿਤ ਹੈ ਸੋ ਸਾਰੇ ਦਾ ਸਾਰਾ ਆਪਾਂ ਜਿਹੜਾ ਕਵਰ ਹੈ ਜਿਉਂ ਕਰਾਂਗੇ ਸਿਟੀਨਸ਼ਿਪ ਦੇ ਨਾਲ ਸੰਬੰਧਿਤ ਟੌਪਿਕ ਸੋ ਐਪੀਐਸਟ ਦਾ ਸਬਜੈਕਟ ਐਸਐਸਟੀ ਐ ਐਸਐਸਟੀ ਸਬਜੈਕਟ ਦੇ ਵਿੱਚ ਪੋਲੀਟੀ ਸਬਜੈਕਟ ਹੈ ਤਾਂ ਉਹਦੇ ਨਾਲ ਸੰਬੰਧਿਤ ਇਹ ਟੌਪਿਕ ਹੈ ਜੀ ਤਾਂ ਇਹਦੇ ਵਿੱਚ ਵੀ ਜਿਹੜੇ ਕੁਐਸਚਨ ਹੈ ਉਹ ਪੁੱਛੇ ਜਾਂਦੇ ਨੇ ਤੇ ਆਪਾਂ ਸਟਾਰਟ ਕਰਦੇ ਹਾਂ ਜੀ ਇਹ ਟੌਪਿਕ ਸੋ ਇਹ ਪਾਰਟ ਭਾਰਤੀ ਨਾਗਰਿਕਤਾ ਇੰਡੀਅਨ ਸਿਟੀਜ਼ਨਸ਼ਿਪ ਬਾਰੇ ਦੱਸਦਾ ਹੈ ਸੋ ਇਹ ਜਿਹੜਾ ਪਾਰਟ ਸੈਕੰਡ ਹੈ ਜੀ ਇਹ ਨਾਗਰਿਕਤਾ ਦੇ ਬਾਰੇ ਦੇ ਵਿੱਚ ਦੱਸਦਾ ਸਿਟੀਨਸ਼ਿਪ ਦੇ ਬਾਰੇ ਦੇ ਵਿੱਚ ਦੱਸਦਾ ਭਾਰਤ ਵਿੱਚ ਨਾਗਰਿਕਤਾ ਕਿਵੇਂ ਮਿਲਦੀ ਹੈ ਕਿੰਨਾ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਸੋ ਭਾਰਤ ਦੇ ਵਿੱਚ ਜਿਹੜੀ ਨਾਗਰਿਕਤਾ ਹੈ ਇਹ ਅਸਲ ਦੇ ਵਿੱਚ ਮਿਲਦੀ ਕਿਵੇਂ ਹੈ ਤੇ ਕਿੰਨਾ ਗੱਲਾਂ ਦਾ ਜਿਹੜਾ ਧਿਆਨ ਇਹ ਉਹ ਰੱਖਿਆ ਜਾ ਸਕਦਾ ਹੈ ਸੋ ਉਸ ਮਤਲਬ ਕਿ ਸਾਰਦਾ ਸਾਰਾ ਜਨਾਵੀ ਪਾਰਟ 2 ਹੈ ਆਰਟੀਕਲ ਆਪਾਂ 5 ਤੋਂ 11 ਦੀ ਗੱਲ ਕਰਾਂਗੇ ਅਲੱਗ-ਅਲੱਗ 5 6 7 8 9 10 11 ਸਭ ਦੀ ਗੱਲ ਕਰਾਂਗੇ ਬਟ ਪਾਰਟ 2 ਹੈ ਜਿਹੜਾ ਇਹ ਨਾਗਰਿਕਤਾ ਦੇ ਨਾਲ ਸੰਬੰਧਿਤ ਹੈ ਨਾਗਰਿਕਤਾ ਅਸਲ ਦੇ ਵਿੱਚ ਮਿਲਦੀ ਕਿਵੇਂ ਆ ਕਿਹੜੇ ਕਿਹੜੇ ਨਿਯਮ ਹੈ ਕਿੰਨਾ ਗੱਲਾਂ ਦਾ ਧਿਆਨ ਰੱਖਿਆ ਜਾਣਾ ਸੋ ਇਸ ਸਭ ਦੇ ਨਾਲ ਸੰਬੰਧਿਤ ਹੈ ਨੈਕਸਟ ਹੈ ਜੇਕਰ ਆਪਾਂ ਸਿਟੀਨਸ਼ਿਪ ਦੀ ਗੱਲ ਕਰੀਏ ਤਾਂ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਕੈਰੀ ਨਾਗਰਿਕਤਾ ਤੇ ਦੋਰੀ ਨਾਗਰਿਕਤਾ ਇੱਕ ਕੈਰੀ ਨਾਗਰਿਕਤਾ ਆਪਣੇ ਇੰਡੀਆ ਦੇ ਵਿੱਚ ਗੱਲ ਕਰੀ ਤਾਂ ਇਹ ਕੈਰੀ ਨਾਗਰਿਕਤਾ ਪਾਈ ਜਾਂਦੀ ਹੈ ਦੋਰੀ ਨਾਗਰਿਕਤਾ ਅਮਰੀਕਾ ਦੇ ਵਿੱਚ ਪਾਈ ਜਾਂਦੀ ਹੈ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਅੱਗੋਂ ਭਾਰਤ ਵਿੱਚ ਇਕੈਰੀ ਨਾਗਰਿਕਤਾ ਅਪਣਾਈ ਜਾਂਦੀ ਹੈ ਇਹ ਇੱਕ ਕੈਰੀ ਨਾਗਰਿਕਤਾ ਦਾ ਕਨਸੈਪਟ ਇੰਗਲੈਂਡ ਤੋਂ ਕਾਪੀ ਕੀਤਾ ਗਿਆ ਸੋ ਇੰਡੀਆ ਦੀ ਜੇਕਰ ਆਪ ਗੱਲ ਕਰੀਏ ਤਾਂ ਸਿੰਗਲ ਸਿਟੀਨਸ਼ਿਪ ਇੱਥੇ ਅਪਣਾਈ ਗਈ ਹੈ ਤੇ ਇਹ ਵਾਲਾ ਜਿਹੜਾ ਕਨਸੈਪਟ ਹੈ ਠੀਕ ਹੈ ਇਹ ਸਿੰਗਲ ਸਿਟੀਨਸ਼ਿਪ ਦਾ ਇੱਕ ਕੈਰੀ ਨਾਗਰਿਕਤਾ ਦਾ ਜਿਹੜਾ ਕਨਸੈਪਟ ਹੈ ਜੀ ਇਹ ਇੰਗਲੈਂਡ ਤੋਂ ਜਿਹੜਾ ਕਾਪੀ ਹੈ ਉਹ ਕੀਤਾ ਗਿਆ ਹੈ ਦੋਰੀ ਨਾਗਰਿਕਤਾ ਜਿਹੜੀ ਹੈ ਇਹ ਅਮਰੀਕਾ ਦੇ ਵਿੱਚ ਹੈ ਦੋਰੀ ਨਾਗਰਿਕਤਾ ਦੀ ਗੱਲ ਕਰੀਏ ਅਮਰੀਕਾ ਦੇ ਵਿੱਚ ਹੈ ਅਮਰੀਕਾ ਵਿੱਚ ਕੇਵਲ ਅ ਅਮਰੀਕਾ ਵਿੱਚ ਕੇਂਦਰ ਤੇ ਰਾਜ ਦੋ ਤਰ੍ਹਾਂ ਦੀ ਲੋਕਾਂ ਨੂੰ ਜਿਹੜੀ ਨਾਗਰਿਕਤਾ ਹੈ ਉਹ ਮਿਲਦੀ ਹੈ ਅਮਰੀਕਾ ਦੇ ਵਿੱਚ ਗੱਲ ਕਰੀਏ ਤਾਂ ਦੋਹਰੀ ਨਾਗਰਿਕਤਾ ਹੈ ਅਮਰੀਕਾ ਵਿੱਚ ਅਮਰੀਕਾ ਦੀ ਜੇਕਰ ਆਪਾਂ ਗੱਲ ਕਰੀਏ ਉੱਥੇ ਸੈਂਟਰ ਤੇ ਸਟੇਟ ਦੋਨਾਂ ਦੀ ਅਲੱਗ-ਅਲੱਗ ਜਿਹੜੀ ਨਾਗਰਿਕਤਾ ਹੈ ਉਹ ਲੋਕਾਂ ਨੂੰ ਮਿਲਦੀ ਹੈ ਬਟ ਇੰਡੀਆ ਦੇ ਵਿੱਚ ਸਿੰਗਲ ਸਿਟੀਨਸ਼ਿਪ ਹੈ ਕੈਲੀ ਨਾਗਰਿਕਤਾ ਹੈ ਨੈਕਸਟ ਆਪਾਂ ਜੇਕਰ ਗੱਲ ਕਰੀਏ ਸਿਟੀਨਸ਼ਿਪ ਦੀ ਤਾਂ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਹੋ ਗਿਆ ਸਿਟੀਨਸ਼ਿਪ ਦੇ ਵਿੱਚ ਨਾਗਰਿਕ ਠੀਕ ਹੈ ਜੋ ਰਹਿ ਰਹੇ ਨੇ ਨਾਗਰਿਕ ਠੀਕ ਹੈ ਸਿਟੀਜ਼ਨ ਸਿਟੀਜ਼ਨਸ ਠੀਕ ਹੈ ਨਾਗਰਿਕ ਇਹਨਾਂ ਨੂੰ ਜਿਹੜੇ ਸਾਰੇ ਦੇ ਸਾਰੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਜਾਂ 올 ਰਾਈਟਸ ਸਿਟੀਜ਼ਨ ਜਿਹੜੇ ਸਿਟੀਜ਼ਨਸ ਨੇ ਨਾਗਰਿਕ ਨੇ ਉਹਨਾਂ ਨੂੰ ਮਿਲਦੇ ਨੇ ਠੀਕ ਹੈ ਫੰਡਾਮੈਂਟਲ ਰਾਈਟਸ ਮਿਲਦੇ ਨੇ ਇੱਕ ਹੁੰਦੇ ਆ ਜੀ ਏਲੀਅਨਸ ਫੋਰਨਰ ਜਿਹੜੇ ਗੈਰ ਨਾਗਰਿਕ ਹੁੰਦੇ ਨੇ ਬਾਹਰੋਂ ਆਏ ਹੁੰਦੇ ਨੇ ਠੀਕ ਹੈ ਨਾਗਰਿਕ ਜਿਹੜੇ ਇੱਥੋਂ ਦੇ ਵਸਨੀਕ ਨੇ ਠੀਕ ਹੈ ਇੰਡੀਆ ਦੇ ਵਸਨੀਕ ਨੇ ਉਹਨਾਂ ਨੂੰ ਸਾਰੇ ਰਾਈਟਸ ਉਹ ਮਿਲਦੇ ਨੇ ਕੁਝ ਏ ਏਲੀਅਨਸ ਲਗਾ ਲਓ ਜਾਂ ਗੈਰ ਨਾਗਰਿਕ ਲਗਾ ਲਓ ਜਿਹੜੇ ਫੋਰਨਰ ਨੇ ਠੀਕ ਹੈ ਉਹਨਾਂ ਨੂੰ ਜਿਹੜੇ ਪੂਰੇ ਅਧਿਕਾਰ ਨਹੀਂ ਮਿਲਦੇ ਕਿ ਉਹਨਾਂ ਨੂੰ ਸਾਰੇ ਫੰਡਾਮੈਂਟਲ ਰਾਈਟਸ ਮਿਲ ਜਾਂਦੇ ਆ ਨਹੀਂ ਉਹਨਾਂ ਨੂੰ ਨਹੀਂ ਮਿਲਦੇ ਇਹਨਾਂ ਨੂੰ ਕੁਝ ਮੌਲਿਕ ਅਧਿਕਾਰ ਜਿਹੜੇ ਆ ਉਹ ਨਹੀਂ ਮਿਲਦੇ ਠੀਕ ਹੈ ਜੀ ਕੁਝ ਮੌਲਿਕ ਅਧਿਕਾਰ ਇਹਨਾਂ ਨੂੰ ਨਹੀਂ ਮਿਲਦੇ ਕਿਉਂਕਿ ਇਹ ਨਾਗਰਿਕ ਨਹੀਂ ਨਾ ਇਸ ਕਰਕੇ ਇਹਨਾਂ ਨੂੰ ਜਿਹੜੇ ਕੁਝ ਜਿਹੜੇ ਮੌਲਿਕ ਅਧਿਕਾਰ ਹੈ ਉਹ ਨਹੀਂ ਮਿਲਦੇ ਜਿਵੇਂ 15 16 19 29 30 ਠੀਕ ਹੈ ਜੀ ਸੋ ਇਹ ਵਾਲੇ ਨੈਕਸਟ ਆ ਜਰੋੜੀ ਠੀਕ ਹੈ ਜੀ ਇਹਨਾਂ ਨੂੰ ਨਾਗਰਿਕਾਂ ਨੂੰ ਸਾਰੇ ਮਿਲਦੇ ਆ ਕਾਰਡਰ ਨੂੰ ਨਹੀਂ ਮਿਲਦੇ ਸਾਰੇ ਨਹੀਂ ਮਿਲਦੇ ਮਤਲਬ ਕੁਝ ਮਿਲਦੇ ਆ ਸੋ ਭਾਰਤ ਦੀ ਨਾਗਰਿਕਤਾ ਲੈਣ ਦੇ ਨਿਯਮ ਸੋ ਇੰਡੀਆ ਦੇ ਵਿੱਚ ਜੇਕਰ ਤੁਸੀਂ ਸਿਟੀਨਸ਼ਿਪ ਲੈਣੀ ਹੈ ਨਾਗਰਿਕਤਾ ਲੈਣੀ ਹੈ ਤਾਂ ਉਹਦੇ ਨਿਯਮਾਂ ਦੀ ਗੱਲ ਕਰਦੇ ਆ ਫਰਸਟ ਬਾਏ ਬਰਥ ਮਿਲ ਜਾਂਦਾ ਜਨਮ ਦੇ ਆਧਾਰ ਤੇ ਮਿਲਦੀ ਹੈ ਨਾਗਰਿਕਤਾ ਸੈਕਿੰਡ ਬਾਏ ਡਿਸੈਂਡ ਮਾਤਾ ਪਿਤਾ ਦੇ ਆਧਾਰ ਤੇ ਜਾਂ ਵੰਸ਼ ਦੇ ਦੁਆਰਾ ਠੀਕ ਹੈ ਮਾਤਾ ਪਿਤਾ ਇਧਰ ਦੇ ਆ ਠੀਕ ਹੈ ਮਾਤਾ ਪਤਾ ਦੇ ਆਧਾਰ ਤੇ ਮਿਲ ਜਾਂਦੀ ਹੈ ਜਾਂ ਵੰਸ਼ ਦੁਆਰਾ ਜਿਹੜੀ ਮਿਲਣਾ ਉਹ ਜਾਂਦੀ ਹੈ ਥਰਡ ਬਾਏ ਰਜਿਸਟ੍ਰੇਸ਼ਨ ਪੰਜੀਕਰਨ ਦੇ ਦੁਆਰਾ ਵੀ ਜਿਹੜੀ ਨਾਗਰਿਕਤਾ ਹੈ ਉਹ ਮਿਲ ਜਾਂਦੀ ਹੈ ਪੰਜੀਕਰਨ ਦੇ ਲਈ 7 ਸਾਲ ਭਾਰਤ ਦੇ ਵਿੱਚ ਰਹਿਣਾ ਪੈਂਦਾ ਹੈ ਇਸ ਦੇ ਆਧਾਰ ਤੇ ਆਪਣੀ ਫਾਈਲ ਲਗਾ ਸਕਦਾ ਹੈ ਠੀਕ ਹੈ ਕੋਈ ਵੀ ਪਰਸਨ ਇੰਡੀਆ ਦੀ ਜਿਹੜੀ ਨਾਗਰਿਕਤਾ ਉਹ ਲੈਣਾ ਚਾਹੁੰਦਾ ਹੈ ਤਾਂ 7 ਸਾਲ ਉਹ ਭਾਰਤ ਦੇ ਵਿੱਚ ਉਹਨੂੰ ਰਹਿਣਾ ਪੈਂਦਾ ਤੇ ਇਸ ਦੇ ਆਧਾਰ ਤੇ ਆਪਣੀ ਫਾਈਲ ਉਹ ਲਗਵਾ ਸਕਦਾ ਤੇ ਭਾਰਤ ਦਾ ਨਾਗਰਿਕ ਬਣ ਸਕਦਾ ਹੈ नेक्स्ट आप गल करिए बायनचुरजेसन बायचुरजे कुदरी कुदरतीकरण के द्वारा, द्वारा, द्वारा। आफ ठीक है जी बाय बायनचुरजे द्वारा कुदरतीकरण के द्वारा कुछ खास जे ऑफ ऑफर ऑफिसर कुछ खास ऑफिसर ने ठीक है ऑफिसर लिखे जी ये है कुछ खास ऑफिसर ठीक है ਕੁਝ ਕੁਝ ਰੈਂਕ ਦੇ ਪਰਸਨ ਜਾਂ ਕੁਝ ਜਿਹੜੇ ਰੈਂਕ ਦੇ ਜਿਹੜੇ ਪਰਸਨ ਨੇ ਜਾਂ ਕੁਝ ਹੋਰ ਇਹਨਾਂ ਨੂੰ ਨੈਚੁਰਲਾਈਜੇਸ਼ਨ ਦੁਆਰਾ ਜਿਹੜੀ ਨਾਗਰਿਕਤਾ ਉਹ ਦਿੱਤੀ ਜਾਂਦੀ ਹੈ ਠੀਕ ਹੈ ਬਾਏ ਨੈਚੁਰਲਾਈਜੇਸ਼ਨ ਦੇ ਦੁਆਰਾ ਜਿਹੜੀ ਸਿਟੀਨਸ਼ਿਪ ਹੈ ਉਹ ਮਿਲ ਜਾਂਦੀ ਹੈ ਜਿਵੇਂ ਕੁਝ ਜਿਹੜੇ ਆਫੀਸਰ ਨੇ ਉਹਨਾਂ ਨੂੰ ਨਾਗਰਿਕਤਾ ਮਿਲ ਜਾਂਦੀ ਹੈ ਜਾਂ ਜਿਹੜੇ ਕੁਝ ਜ਼ਿਆਦਾ ਜਿਹੜੇ ਰੈਂਕ ਦੇ ਵੱਡੇ ਜਿਹੜੇ ਪਰਸਨ ਨੇ ਉਹਨਾਂ ਨੂੰ ਵੀ ਜਿਹੜੀ ਨਾਗਰਿਕਤਾ ਉਹ ਦਿੱਤੀ ਜਾਂਦੀ ਹੈ ਠੀਕ ਹੈ ਇਹਨੂੰ ਬੋਲਿਆ ਜਾਂਦਾ ਕੁਦਰਤੀ ਕਰਨ ਦੇ ਦੁਆਰਾ ਨੈਕਸਟ ਹੈ ਜੀ ਬਾਇ ਇਨਕੋਰਪੋਰੇਸ਼ਨ ਦੇ ਦੁਆਰਾ ਸ਼ਮੂਲੀਅਤ ਦੇ ਦੁਆਰਾ ਵੀ ਜਿਹੜੀ ਨਾਗਰਿਕਤਾ ਉਹ ਮਿਲ ਜਾਂਦੀ ਹੈ ਬਾਇ ਇਨਕੋਰਪੋਰੇਸ਼ਨ ਦੇ ਦੁਆਰਾ ਜੇਕਰ ਕਿਸੇ ਨੂੰ ਅਸੀਂ ਆਪਣੇ ਭਾਰਤ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ ਤਾਂ ਉਹਨਾਂ ਲੋਕਾਂ ਨੂੰ ਵੀ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਸ਼ਮੂਲੀਅਤ ਦੇ ਦੁਆਰਾ ਜੇਕਰ ਆਪਾਂ ਕਿਸੇ ਨੂੰ ਹੀ ਠੀਕ ਹੈ ਕਿਸੇ ਪਾਰਟ ਨੂੰ ਆਪਾਂ ਜਾਂ ਕਿਸੇ ਬਾਹਰਲੇ ਨੂੰ ਆਪਾਂ ਇੰਡੀਆ ਦੇ ਵਿੱਚ ਸ਼ਾਮਲ ਕਰ ਲੈਂਦੇ ਆ ਤੇ ਆਟੋਮੈਟਿਕ ਹੀ ਉਹਨਾਂ ਜਿਹੜਾ ਲੋਕਾਂ ਨੂੰ ਜਿਹੜੀ ਨਾਗਰਿਕਤਾ ਉਹ ਇੰਡੀਆ ਦੀ ਮਿਲ ਜਾਂਦੀ ਹੈ ਭਾਰਤ ਦੀ ਮਿਲ ਜਾਂਦੀ ਹੈ ਨੈਕਸਟ ਹੈ ਜੀ ਭਾਰਤੀ ਨਾਗਰਿਕਤਾ ਖੋਣ ਦੇ ਤਰੀਕੇ ਕਿਹੜੇ-ਕਿਹੜੇ ਨੇ ਭਾਰਤੀ ਨਾਗਰਿਕਤਾ ਖੋਣ ਦੇ ਤਰੀਕੇ ਵੇ ਟੂ ਲੂਜ਼ ਇੰਡੀਅਨ ਨੈਸਿਟੀਨਸ਼ਿਪ ਭਾਰਤੀ ਭਾਰਤੀ ਨਾਗਰਿਕਤਾ ਖੋਣ ਦੇ ਤਰੀਕੇ ਕਿਹਨੇ ਵੇ ਟੂ ਲਾਸ ਇੰਡੀਅਨ ਨੈਸਿਟੀਨਸ਼ਿਪ ਠੀਕ ਹੈ ਕਿਵੇਂ ਆਪਾਂ ਨਾਗਰਿਕਤਾ ਨੂੰ ਗਵਾ ਸਕਦੇ ਹਾਂ ਫਸਟ ਹੈ ਜੀ त्याਗਣਾ ਫਸਟ ਕੀ ਹੈ ਜੀ ਤਿਆਗਣਾ ਕੋਈ ਵੀ ਵਿਅਕਤੀ ਕਿਸੇ ਹੋਰ ਜਗ੍ਹਾ ਤੇ ਚਲਾ ਗਿਆ ਨਾਗਰਿਕਤਾ ਆਪਣੇ ਆਪ ਛੱਡੀ ਜਾਂਦੀ ਹੈ ਠੀਕ ਹੈ ਜੀ ਤਿਆਗਣਾ ਕੋਈ ਵਿਅਕਤੀ ਚਲਾ ਜਾਂਦਾ ਇਥੋਂ ਛੱਡ ਕੇ ਇੰਡੀਆ ਨੂੰ ਛੱਡ ਕੇ ਕਿਤੇ ਹੋਰ ਥਾਂ ਤੇ ਚਲਾ ਜਾਂਦਾ ਕਿਤੇ ਹੋਰ ਕੰਟਰੀ ਦੇ ਵਿੱਚ ਚਲਾ ਜਾਂਦਾ ਤਾਂ ਨਾਗਰਿਕਤਾ ਆਪਣੇ ਆਪ ਹੀ ਛੱਡੀ ਜਾਂਦੀ ਹੈ ਨੈਕਸਟ ਹੈ ਜੀ ਟਰਮੀਨੇਸ਼ਨ ਟਰਮੀਨੇਸ਼ਨ ਕੀ ਹੈ ਸਮਾਪਤ ਕਰ ਦੇਣਾ ਟਰਮੀਨੇਸ਼ਨ ਕੀ ਹੈ ਸਮਾਪਤ ਕਰ ਦੇਣਾ ਕਿਸੇ ਇੱਕ ਦੇਸ਼ ਦੀ ਹੀ ਨਾਗਰਿਕਤਾ ਮਿਲ ਸਕਦੀ ਹੈ ਅਗਰ ਕਿਸੇ ਵਿਅਕਤੀ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਹੈ ਤਾਂ ਭਾਰਤ ਦੀ ਨਾਗਰਿਕਤਾ ਜਿਹੜੀ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਟਰਮੀਨੇਸ਼ਨ ਦੀ ਗੱਲ ਕਰੀਏ ਸਮਾਪਤ ਕਰ ਦੇਣ ਦੀ ਗੱਲ ਕਰੀਏ ਤਾਂ ਕਿਸੇ ਇੱਕ ਦੇਸ਼ ਦੀ ਨਾਗਰਿਕਤਾ ਹੀ ਹਰ ਇੱਕ ਪਰਸਨ ਨੂੰ ਮਿਲ ਸਕਦੀ ਹੈ ਅਗਰ ਕਿਸੇ ਵਿਅਕਤੀ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈਏ ਤਾਂ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਨੈਕਸਟ ਹੈ ਜੀ ਬੇਦਖਲ ਕਰਨਾ ਅੰਤਕਵਾਦ ਵਿਰੋਧੀ ਠੀਕ ਹੈ ਬੇਦਖਲ ਦੇ ਦੁਆਰਾ ਵੀ ਜਿਹੜੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਅੰਤਕਵਾਦ ਵਿਰੋਧੀ ਜੇ ਗਲਤ ਕੰਮ ਕੰਮ ਤਾਂ ਦੇਸ਼ ਤੋਂ ਜਿਹੜਾ ਬੇਦਖਲ ਕਰ ਦਿੱਤਾ ਜਾਂਦਾ ਹੈ ਮਤਲਬ ਦੇਸ਼ ਦੀ ਨਾਗਰਿਕਤਾ ਤੋਂ ਵਰਜਿਤ ਕਰ ਦਿੱਤਾ ਜਾਂਦਾ ਹੈ ਬੇਦਖਲ ਕਰਨਾ ਕੁਝ ਜੇਕਰ ਗਲਤ ਕੋਈ ਪਰਸਨ ਜਿਹੜੀਆਂ ਗਤੀਵਿਧੀਆਂ ਕਰਦਾ ਜਿਵੇਂ ਅੰਤਕਵਾਦ ਨੂੰ ਲਗਾ ਲੋ ਜਾਂ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਦੇਸ਼ ਦੇ ਨਾਗਰਿਕਤਾ ਤੋਂ ਕਰ ਦਿੱਤਾ ਜਾਂਦਾ ਮਤਲਬ ਇਹ ਦੇਸ਼ ਦੀ ਨਾਗਰਿਕਤਾ ਤੋਂ ਵਰਜਿਤ ਕਰ ਦਿੱਤਾ ਜਾਂਦਾ ਨੈਕਸਟ ਹੈ ਜੀ 26 ਜਨਵਰੀ 1950 ਦੇ ਵਿੱਚ ਸਿਰਫ ਇਹ ਕਿਹਾ ਗਿਆ ਸੀ ਜਾਂ ਦੱਸਿਆ ਗਿਆ ਸੀ ਕਿ ਆਹ ਵਾਲੇ ਬੰਦੇ ਭਾਰਤ ਦੇ ਨਾਗਰਿਕਾਂ ਨੇ ਇਹ ਲਿਸਟ ਜਾਰੀ ਕੀਤੀ ਗਈ ਤੇ ਇਹ ਕਿਹਾ ਗਿਆ ਕਿ ਜਦੋਂ ਵੀ ਭਾਰਤੀ ਨਾਗਰਿਕਾਂ ਲਈ ਕਾਨੂੰਨ ਬਣਾਇਆ ਜਾਵੇਗਾ ਉਹ ਭਾਰਤੀ ਸੰਸਦ ਦੁਆਰਾ ਬਣਾਏ ਜਾਣਗੇ ਸੋ ਇਹ ਵਾਲੀ ਜਿਹੜੀ 26 ਜਨਵਰੀ 1950 ਦੇ ਵਿੱਚ ਜਿਹੜਾ ਅ ਵਿੱਚ ਜਿਹੜਾ ਕਿਹਾ ਗਿਆ ਤੇ ਦੱਸ ਦਿੱਤਾ ਗਿਆ ਕਿ ਇਹ ਵਾਲੇ ਜਿਹੜੇ ਪਰਸਨ ਨੇ ਇਹ ਜਿਹੜੇ ਆ ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਦੇ ਲਈ ਇੱਕ ਲਿਸਟ ਜਾਰੀ ਕੀਤੀ ਤੇ ਜੇਕਰ ਸਿਟੀਨਸ਼ਿਪ ਨੂੰ ਲੈ ਕੇ ਕੋਈ ਵੀ ਜਿਹੜਾ ਕਾਨੂੰਨ ਹੈ ਉਹ ਬਣਾਉਣਾ ਹੈ ਤਾਂ ਉਹ ਕਾਨੂੰਨ ਜਿਹੜਾ ਪਾਰਲੀਮੈਂਟ ਦੇ ਦੁਆਰਾ ਬਣਾਇਆ ਜਾਵੇਗਾ ਨੈਕਸਟ ਹੈ ਜੀ ਨਾਗਰਿਕਤਾ ਵਾਸਤੇ ਕਾਨੂੰਨ ਸੰਸਦ ਦੇ ਦੁਆਰਾ ਨਾਗਰਿਕਾਂ ਜਿਹੜੇ ਨਾਗਰਿਕ ਨੇ ਉਹਨਾਂ ਦੇ ਦੁਆਰਾ ਜਿਹੜਾ ਕਾਨੂੰਨ ਹੈ ਜੀ ਉਹ ਸੰਸਦ ਦੇ ਦੁਆਰਾ ਜਿਹੜਾ ਬਣਾਇਆ ਉਹ ਜਾਣਾ ਸੀਗਾ ਉਹ ਬਣਾਏ ਜਾਂਦੇ ਨਹੀਂ ਸੋ ਇਹਦੇ ਲਈ ਜਿਹੜਾ ਭਾਰਤੀ ਨਾਗਰਿਕਤਾ ਐਕਟ 1995 ਆਇਆ ਭਾਰਤੀ ਨਾਗਰਿਕਤਾ ਐਕਟ 1995 ਕਿਵੇਂ ਲੈ ਸਕਦੇ ਆ ਨਾਗਰਿਕਤਾ ਜਾਂ ਨਾਗਰਿਕਤਾ ਤੋਂ ਵਚਿਤ ਕਿਵੇਂ ਹੁੰਦਾ ਵਿਅਕਤੀ ਇਹ ਸਭ ਗੱਲਾਂ ਐ ਐਕਟ ਦੇ ਵਿੱਚ ਦਰਜ ਕੀਤੀਆਂ ਗਈਆਂ ਉਸ ਤੋਂ ਬਾਅਦ ਐਕਟ ਆਈ ਠੀਕ ਹੈ ਜੀ ਦੇਸ਼ ਆਜ਼ਾਦ ਹੋਇਆ ਠੀਕ ਹੈ ਉਸ ਤੋਂ ਬਾਅਦ 26 ਜਨਵਰੀ 1950 ਦੇ ਵਿੱਚ ਵੀ ਦੱਸਿਆ ਗਿਆ ਕਿ ਇਹ ਵਾਲੇ ਪਰਸਨ ਇੰਡੀਆ ਦੇ ਨਾਗਰਿਕ ਨੇ ਇਹ ਵਾਲੇ ਨਹੀਂ ਆ ਲਿਸਟ ਜਾਰੀ ਹੋਈਆਂ ਕਿਹੜੇ-ਕਿਹੜੇ ਏਰੀਏ ਆਉਣਗੇ ਹਨਾ ਸਭ ਕੁਝ ਜਿਹੜਾ ਦੱਸਿਆ ਗਿਆ ਤੇ ਸਾਰੇ ਕਾਨੂੰਨ ਜਿਹੜੇ ਸੰਸਦ ਦੇ ਦੁਆਰਾ ਉਹ ਬਣਾਏ ਜਾਣੇ ਸੀਗੇ ਅਪਾ ਜੇਕਰ ਪਿੱਛੇ ਜਾਈਏ ਹੈ ਨਾ ਪਿਛਲੇ ਟਾਈਮ ਦੀ ਗੱਲ ਕਰੀਏ ਤਾਂ ਭਾਰਤੀ ਨਾਗਰਿਕਤਾ ਐਕਟ 1995 ਆਇਆ ਇਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਜਿਹੜੀ ਨਾਗਰਿਕਤਾ ਹੈ ਉਹ ਲੈ ਸਕਦੇ ਆ ਕਿਵੇਂ ਕਿਸੇ ਨਾਗਰਿਕ ਨੂੰ ਵੰਚਿਤ ਕੀਤਾ ਜਾ ਸਕਦਾ ਹੈ ਇਹ ਸਾਰੀਆਂ ਗੱਲਾਂ ਹੈ ਕਿ ਐਕਟ ਦੇ ਵਿੱਚ ਜੇਕਰ ਆਪਾਂ ਔਰਡਰ ਦੱਸ ਦਵਾਂਗੇ ਜਾਂ ਔਰਡਰ ਹੋਊਗਾ ਤਾਂ ਉਹ ਜਿਹੜਾ ਇਹ ਜ਼ਿਆਦਾ ਜਿਹੜਾ ਸਹੀ ਤਰੀਕੇ ਨਾਲ ਵਰਕ ਨਹੀਂ ਹੋ ਪਾਵੇਗਾ ਨਾ ਸਿਸਟਮ ਉਹ ਨਾਗਰਿਕਤਾ ਨੂੰ ਲੈ ਕੇ ਇਸ ਕਰਕੇ ਰਿਟਰਨ ਜੇਕਰ ਫਾਰਮ ਦੇ ਵਿੱਚ ਹੋਵੇਗਾ ਤਾਂ ਰਿਟਰਨ ਫਾਰਮ ਦੇ ਵਿੱਚ ਭਾਰਤੀ ਨਾਗਰਿਕਤਾ ਐਕਟ 1955 ਦੇ ਵਿੱਚ ਸ਼ਾਮਲ ਕੀਤਾ ਗਿਆ ਠੀਕ ਹੈ ਸਭ ਗੱਲਾਂ ਜਿਹੜੀਆਂ ਐਕਟ ਦੇ ਵਿੱਚ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਕਿਹੜੇ ਕਿਵੇਂ ਨਾਗਰਿਕਤਾ ਕੋਈ ਲੈ ਸਕਦਾ ਕਿਵੇਂ ਵੰਚਿਤ ਕਰ ਸਕਦਾ ਹੈ ਸੋ ਨੈਕਸਟ ਆ ਗਿਆ ਜੀ ਆਰਟੀਕਲ 5 ਹੈ ਆਰਟੀਕਲ 5 26 ਜਨਵਰੀ 1950 ਅਨੁਸਾਰ ਜੋ ਵਿਅਕਤੀ ਪਿਛਲੇ 5 ਸਾਲ ਤੋਂ ਦੋ ਭਾਰਤ ਦੇ ਵਿੱਚ ਰਹਿ ਰਿਹਾ ਹੈ ਉਹ ਭਾਰਤ ਦਾ ਨਾਗਰਿਕ ਹੋਵੇਗਾ ਜਨਮ ਭਾਰਤ ਵਿੱਚ ਮਾਤਾ ਪਿਤਾ ਭਾਰਤ ਦੇ ਵਿੱਚ ਹੋਣਗੇ ਉਹ ਭਾਰਤੀ ਹੋਣਗੇ ਸੋ so, ਆਰਟੀਕਲ 5 ਆਪਾਂ ਗੱਲ ਕੀਤੀ ਸੀ ਨਾ ਉੱਪਰ ਜੇਕਰ ਮੈਂ ਤੁਹਾਨੂੰ ਇੱਕ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਸੀਗੀ ਇਹ ਦੇਖੋ ਪਾਰਟ 2 ਆਰਟੀਕਲ 5 ਤੋਂ 11 ਹੁਣ ਆਪਾਂ ਜਿੰਨੇ ਵੀ ਆਰਟੀਕਲਸ ਨੇ 5 ਤੋਂ ਲੈ ਕੇ 11 ਤੱਕ ਉਹਨਾਂ ਸਭ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ 5 ਦੇ ਵਿੱਚ ਕੀ ਹੈ 6 ਦੇ ਵਿੱਚ ਕੀ ਹੈ 7 ਕਿੰਨੇ ਨਾਲ ਸੰਬੰਧਿਤ ਹੈ 8 ਕਿੰਨੇ ਨਾਲ ਸੰਬੰਧਿਤ ਹੈ 9 10 ਤੇ 11 ਕਿੱਦੇ-ਕਿੰਨੇ ਨਾਲ ਸੰਬੰਧਿਤ ਹੈ ਸੋ so, ਆਰਟੀਕਲ 5 ਦੀ ਗੱਲ ਕਰੀਏ ਤਾਂ 26 ਜਨਵਰੀ 1950 ਅਨੁਸਾਰ ਜੋ ਵਿਅਕਤੀ ਪਿਛਲੇ 5 ਸਾਲ ਤੋਂ ਭਾਰਤ ਦੇ ਵਿੱਚ ਰਹਿ ਰਿਹਾ ਹੈ ਉਹ ਭਾਰਤ ਦਾ ਨਾਗਰਿਕ ਹੋਵੇਗਾ ਸੋ ਆਰਟੀਕਲ 5 ਦੇ ਵਿੱਚ ਕੀ ਕਿਹਾ ਗਿਆ 26 ਜਨਵਰੀ 1950 ਦੇ ਅਨੁਸਾਰ ਕਿ ਜੋ ਵਿਅਕਤੀ ਜਿਹੜਾ ਹੈ ਉਹ ਪਿਛਲੇ 5 ਸਾਲਾਂ ਤੋਂ ਜਿਹੜਾ ਭਾਰਤ ਦੇ ਵਿੱਚ ਰਹਿ ਰਿਹਾ ਹੈ ਉਹ ਭਾਰਤ ਦਾ ਨਾਗਰਿਕ ਹੋਵੇਗਾ ਜਨਮ ਭਾਰਤ ਦੇ ਵਿੱਚ ਆ ਮਾਤਾ ਪਿਤਾ ਭਾਰਤ ਦੇ ਵਿੱਚ ਹੋਣਗੇ ਉਹ ਭਾਰਤੀ ਹੋਣਗੇ ਠੀਕ ਆ ਆਰਟੀਕਲ 6 ਦੀ ਗੱਲ ਕਰੀਏ ਜਿਹੜੇ ਲੋਕ ਭਾਰਤ ਤੋਂ ਮੂਵ ਹੋ ਕੇ ਪਾਕਿਸਤਾਨ ਗਏ ਨੇ ਜਾਂ ਜੋ ਪਾਕਿਸਤਾਨ ਤੋਂ ਭਾਰਤ ਆਏ ਨੇ ਇਹ ਆਰਟੀਕਲ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਜੋ ਪਾਕਿਸਤਾਨ ਤੋਂ ਦੁਬਾਰਾ ਭਾਰਤ ਆਉਣਾ ਚਾਹੁੰਦੇ ਨੇ ਆਰਟੀਕਲ 6 ਦੀ ਗੱਲ ਕਰੀਏ ਤਾਂ ਕੁਝ ਲੋਕ ਅਜਿਹੇ ਨੇ ਜੋ ਭਾਰਤ ਤੋਂ ਮੂਵ ਹੋ ਕੇ ਜਿਹੜੇ ਆ ਉਹ ਪਾਕਿਸਤਾਨ ਗਏ ਨੇ ਠੀਕ ਹੈ ਆਰਟੀਕਲ 6 ਦੀ ਗੱਲ ਕਰੀਏ ਆਰਟੀਕਲ 6 ਦੀ ਗੱਲ ਕਰੀਏ ਜਿਹੜੇ ਲੋਕ ਭਾਰਤ ਤੋਂ ਜਿਹੜੇ ਲੋਕ ਭਾਰਤ ਤੋਂ ਮੂਵ ਹੋ ਕੇ ਪਾਕਿਸਤਾਨ ਗਏ ਨੇ ਜਾਂ ਪਾਕਿਸਤਾਨ ਤੋਂ ਉਹ ਭਾਰਤ ਆਏ ਨੇ ਠੀਕ ਹੈ ਸੋ ਇਹ ਆਰਟੀਕਲ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਜੋ ਪਾਕਿਸਤਾਨ ਤੋਂ ਭਾਰਤ ਉਹ ਭਾਰਤ ਤੋਂ ਪਾਕਿਸਤਾਨ ਚਲੇ ਗਏ ਹੁਣ ਪਾਕਿਸਤਾਨ ਤੋਂ ਦੁਬਾਰਾ ਭਾਰਤ ਆਉਣਾ ਚਾਹੁੰਦੇ ਨੇ ਉਹਨਾਂ ਲੋਕਾਂ ਦੀ ਗੱਲ ਕਰਦਾ ਆਰਟੀਕਲ 6 ਨੈਕਸਟ ਹੈ ਜੀ ਆਰਟੀਕਲ 7 1 ਮਾਰਚ 1947 ਤੋਂ ਬਾਅਦ ਕੋਈ ਵੀ ਵਿਅਕਤੀ ਭਾਰਤ ਤੋਂ ਪਾਕਿਸਤਾਨ ਜਾਂਦਾ ਹੈ ਤੇ ਫਿਰ ਉਹ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ 6 ਮਹੀਨੇ ਜਿਹੜੀ ਹੈ ਰੈਸਟ੍ਰੂਮੈਂਟ ਫਾਰਮ ਜਿਹੜਾ ਫਿੱਲ ਆ ਉਹ ਕਰਨਾ ਹੋਵੇਗਾ ਠੀਕ ਹੈ ਆਰਟੀਕਲ 6 ਦੀ ਗੱਲ ਕਰਦਾ ਭਾਰਤ ਤੋਂ ਪਾਕਿਸਤਾਨ ਗਿਆ ਤੇ ਪਾਕਿਸਤਾਨ ਤੋਂ ਫਿਰ ਭਾਰਤ ਆਉਣਾ ਉਹਦਾ ਪ੍ਰੋਸੈਸ ਠੀਕ ਹੈ ਉਸ ਤੋਂ ਬਾਅਦ ਆਰਟੀਕਲ 7 ਦੀ ਗੱਲ ਕਰੀ 1 ਮਾਰਚ 1947 ਤੋਂ ਬਾਅਦ ਇਹ ਕਾਰਟੀਕਲ ਹੋਰ 1 ਮਾਰਚ 1947 ਤੋਂ ਬਾਅਦ ਕੋਈ ਵੀ ਵਿਅਕਤੀ ਭਾਰਤ ਤੋਂ ਪਾਕਿਸਤਾਨ ਜਾਂਦਾ ਹੈ ਤਾਂ ਫਿਰ ਉਹ ਭਾਰਤ ਆਉਣਾ ਚਾਹੁੰਦਾ ਤਾਂ ਉਹਨੂੰ 6 ਮਹੀਨੇ ਜਿਹੜਾ ਉਹਨੂੰ ਜਿਹੜਾ ਫਾਰਮ ਜਿਹੜਾ ਫਿੱਲਾ ਉਹ ਕਰਨਾ ਪਵੇਗਾ ਆਰਟੀਕਲ 8 ਦੀ ਗੱਲ ਕਰੀਏ ਜੇਕਰ ਕਿਸੇ ਦੇ ਮਾਤਾ ਪਿਤਾ ਦਾਦਾ ਦਾਦੀ ਦਾ ਜਨਮ ਭਾਰਤ ਦੇ ਵਿੱਚ ਹੋਇਆ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਉਸ ਸਮੇਂ ਉਹ ਭਾਰਤ ਤੋਂ ਬਾਹਰ ਹੈ ਤਾਂ 1947 ਤੋਂ ਬਾਅਦ ਉਸ ਨੂੰ ਭਾਰਤੀ ਨਾਗਰਿਕਤਾ ਲੈਣ ਦੇ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਆਰਟੀਕਲ 8 ਕੀ ਕਹਿੰਦਾ ਜੇਕਰ ਮਾਤਾ ਪਿਤਾ ਦਾਦਾ ਦਾਦੀ ਦਾ ਜਨਮ ਭਾਰਤ ਦੇ ਵਿੱਚ ਹੋਇਆ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਉਸ ਸਮੇਂ ਉਹ ਭਾਰਤ ਤੋਂ ਬਾਹਰ ਹੈ ਤਾਂ ਉਸ ਸਮੇਂ ਜਿਹੜਾ ਉਹ ਭਾਰਤ ਤੋਂ ਬਾਹਰ ਹੈ ਤਾਂ 1947 ਤੋਂ ਬਾਅਦ ਉਸ ਨੂੰ ਜਿਹੜਾ ਹੈ ਭਾਰਤੀ ਨਾਗਰਿਕਤਾ ਲੈਣ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕਰਵਾਉਣੀ ਪਵੇਗੀ ਫਿਰ ਉਹਨੂੰ ਨਾਗਰਿਕਤਾ ਮਿਲੇਗੀ ਆਰਟੀਕਲ 9 ਕੀ ਕਹਿੰਦਾ ਆਪਣੀ ਇੱਛਾ ਦੇ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਸੰਬੰਧੀ ਹੈ ਤਾਂ ਭਾਰਤ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਂਦੀ ਹੈ ਕਿ ਜੇਕਰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣੀ ਹੈ ਠੀਕ ਹੈ ਤੇ ਉਹ ਲੈ ਸਕਦਾ ਉਹਦੇ ਲਈ ਨਿਯਮ ਵਗੈਰਾ ਐਡ ਕੀਤੇ ਗਏ ਨੇ ਤੇ ਜੇਕਰ ਲੈ ਲੈਂਦਾ ਕਿਸੇ ਹੋਰ ਦੀ ਨਾਗਰਿਕਤਾ ਤਾਂ ਭਾਰਤ ਦੀ ਜਿਹੜੀ ਨਾਗਰਿਕਤਾ ਹੈ ਉਹ ਖਤਮ ਕਰ ਦਿੱਤੀ ਜਾਂਦੀ ਹੈ ਆਰਟੀਕਲ 10 ਜਦੋਂ ਵੀ ਸਾਡੇ ਦੇਸ਼ ਵਿੱਚ ਭਾਰਤੀ ਨਾਗਰਿਕਤਾਂ ਲਈ ਕਾਨੂੰਨ ਬਣਾਉਣਾ ਹੋਵੇਗਾ ਉਹ ਭਾਰਤੀ ਸੰਸਦ ਬਣਾਵੇਗੀ ਠੀਕ ਹੈ 10 ਕੀ ਕਹਿੰਦਾ ਸੰਸਦ ਕਾਨੂੰਨ ਬਣਾਵੇਗੀ ਆਰਟੀਕਲ 11 ਨਾਗਰਿਕਤਾ ਨਾਲ ਸੰਬੰਧਤ ਸਾਰੀ ਪਾਵਰਸ ਜਿਹੜੀਆਂ ਕਿੰਦੇ ਕੋਲ ਨੇ ਸੰਸਦ ਦੇ ਕੋਲ ਠੀਕ ਹੈ ਪਾਵਰ ਦੀ ਗੱਲ ਕੀਤੀ ਗਈ ਹੈ ਜੇਕਰ ਹੁਣ ਆਪਾਂ ਗੱਲ ਕਰੀਏ ਸਟਾਰਟਿੰਗ ਤੋਂ ਜੇਕਰ ਇੱਕ ਮੈਂ ਤੁਹਾਨੂੰ ਓਵਰਵਿਊ ਦੇਦਾ ਇਹਦਾ ਸਾਰੇ ਦਾ ਤਾਂ ਤੁਹਾਨੂੰ ਜਿਹੜੀ ਸਮਝ ਆ ਉਹ ਲੱਗ ਜਾਵੇਗੀ ਠੀਕ ਹੈ ਸਿਟੀਨਸ਼ਿਪ ਦੀ ਆਪਾਂ ਗੱਲ ਕੀਤੀ ਹੈ ਨਾਗਰਿਕਤਾ ਦੀ ਪਾਰਟ 2 ਦੇ ਵਿੱਚ ਹੈ ਸੰਵਿਧਾਨ ਦੇ ਭਾਗ ਦੂਸਰੇ ਦੇ ਵਿੱਚ ਹੈ ਆਰਟੀਕਲ 5 ਤੋਂ ਲੈ ਕੇ 11 ਦੇ ਨਾਲ ਸੰਬੰਧਿਤ ਹੈ ਠੀਕ ਹੈ ਨਾਗਰਿਕਾ ਨਾਗਰਿਕਤਾ ਦੋ ਤਰ੍ਹਾਂ ਦੀ ਹੁੰਦੀ ਹੈ ਇਕੈਰੀ ਨਾਗਰਿਕਤਾ ਤੇ ਦੋਰੀ ਨਾਗਰਿਕਤਾ ਇੰਡੀਆ ਦੇ ਵਿੱਚ ਇਕੈਰੀ ਨਾਗਰਿਕਤਾ ਹੈ ਸਾਨੂੰ ਸਿਰਫ ਆਪਾਂ ਸਿਰਫ ਇੰਡੀਅਨ ਆ ਦੋਰੀ ਨਾਗਰਿਕਤਾ ਜਿੱਥੇ ਕੇਂਦਰ ਦੀ ਅਲੱਗ ਮਿਲਦੀ ਹੈ ਸੈਂਟਰ ਦੀ ਸਟੇਟ ਦੀ ਅਲੱਗ ਮਿਲਦੀ ਹੈ ਨੈਕਸਟ ਆਜੋ ਨਾਗਰਿਕਾ ਦੀ ਜੇਕਰ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੀ ਇੱਕ ਤਾਂ ਸਿਟੀਨਸ਼ਿਪ ਸਿਟੀਜ਼ਨ ਦੇ ਨਾਗਰਿਕ ਨੇ ਜਿਨ੍ਹਾਂ ਨੂੰ ਸਾਰੇ ਰਾਈਟਸ ਮਿਲਦੇ ਨੇ ਇੱਕ ਫੋਰਨਰ ਨੇ ਏਲੀਅਨਸ ਨੇ ਠੀਕ ਹੈ ਜਿਨ੍ਹਾਂ ਨੂੰ ਕੁਝ ਜਿਹੜੇ ਅਧਿਕਾਰ ਹੈ ਉਹ ਨਹੀਂ ਮਿਲਦੇ ਉਸ ਤੋਂ ਬਾਅਦ ਨਿਜਮੇ ਬਾਈ ਬਰਥ ਮਿਲ ਸਕਦਾ ਮਾਤਾ ਪਿਤਾ ਦੇ ਆਧਾਰ ਤੇ ਮਿਲ ਸਕਦਾ ਹੈ ਰਜਿਸਟ੍ਰੇਸ਼ਨ ਕਰਾ ਕੇ ਮਿਲ ਸਕਦਾ ਕੁਝ ਕੁਦਰਤੀ ਕਰਨ ਦੇ ਦੁਆਰ ਵੀ ਮਿਲ ਜਾਂਦਾ ਜਿਵੇਂ ਆਫੀਸਰ ਨੇ ਠੀਕ ਹੈ ਜਾਂ ਕੋਈ ਉੱਚੇ ਰੈਂਕ ਦੇ ਪਰਸਨ ਨੇ ਉਹਨਾਂ ਨੂੰ ਮਿਲ ਜਾਂਦੀ ਹੈ ਸ਼ਮੂਲੀਅਤ ਦੇ ਦੁਆਰਾ ਜੇਕਰ ਆਪਾਂ ਇੰਡੀਆ ਦੇ ਵਿੱਚ ਕੁਝ ਹਿੱਸਾ ਸ਼ਾਮਲ ਕਰ ਲੈਣੇ ਤਾਂ ਉੱਥੋਂ ਦੇ ਲੋਕਾਂ ਨੂੰ ਨਾਗਰਿਕਤਾ ਮਿਲ ਜਾਂਦੀ ਹੈ ਨਾਗਰਿਕਤਾ ਕਿਵੇਂ ਜਿਹੜੀ ਹੈ ਉਹ ਮਤਲਬ ਕਿ ਲੈ ਲਈ ਜਾਂਦੀ ਹੈ ਜਾਂ ਉਹ ਚਲੀ ਜਾਂਦੀ ਹੈ ਤਾਂ ਤਿਆਗਣਾ ਜੇਕਰ ਖੁਦ ਹੀ ਕਿਸੇ ਵਿਅਕਤੀ ਨੇ ਛੱਡ ਦਿੱਤੀ ਠੀਕ ਹੈ ਤੇ ਜੇਕਰ ਕੋਈ ਪਰਸਨ ਹੈ ਉਹ ਕਿਸੇ ਹੋਰ ਦੇਸ਼ ਦੇ ਵਿੱਚ ਚਲਾ ਗਿਆ ਤੇ ਉੱਥੇ ਉਹਨੇ ਜਿਹੜਾ ਰਹਿਣਾ ਸਟਾਰਟ ਕਰਤਾ ਉਹਨੂੰ ਪੀਆਰ ਹੋ ਗਿਆ ਉਧਰ ਤਾਂ ਫਿਰ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਬੇਦਖਲ ਕਰ ਸਕਦੇ ਆ ਕਿ ਇਹ ਪਰਸਨ ਸਾਡੇ ਦੇਸ਼ ਦੇ ਲਈ ਜਿਹੜਾ ਸੁਰੱਖਤ ਨਹੀਂ ਹੈ ਤੁਹਾਨੂੰ ਬੇਦਖਲ ਕਰ ਦਿੱਤਾ ਠੀਕ ਹੈ ਫਿਰ 26 ਜਨਵਰੀ 1950 ਦੇ ਵਿੱਚ ਜਿਹੜਾ ਇੱਕ ਲਿਸਟ ਜਾਰੀ ਹੋਈ ਆ ਵਾਲੇ ਪਰਸਨ ਹੋਣਗੇ ਭਾਰਤ ਦੇ ਨਾਗਿਕ ਆ ਨਹੀਂ ਹੋਣਗੇ ਹੌਲੀ ਹੌਲੀ ਕਰਕੇ ਜਿਹੜੇ ਐਕਟ ਵਗੈਰਾ ਜਿਹੜੇ ਬਣੇ ਉਸ ਤੋਂ ਬਾਅਦ ਹੋਣ ਦੇ ਵਿੱਚ ਆਏਗੇ ਉਹਨਾਂ ਦੀ ਗੱਲ ਕੀਤੀ ਗਈ ਭਾਰਤੀ ਨਾਗਰਿਕਤਾ ਐਕਟ 1995 ਆਇਆ ਇਹਦੇ ਵਿੱਚ ਸਾਰੇ ਨਿਯਮ ਵਗੈਰਾ ਜਿਹੜੇ ਆੜਾ ਉਹ ਕੀਤੇ ਗਏ ਨੇ ਠੀਕ ਹੈ ਇਹਦੇ ਵਿੱਚ ਆਰਟੀਕਲ 5 ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ 5 ਸਾਲ ਤੋਂ ਜੋ ਭਾਰਤ ਦੇ ਵਿੱਚ ਰਹਿ ਰਿਹਾ ਵਾ ਠੀਕ ਹੈ ਉਹ ਭਾਰਤ ਦਾ ਜਿਹੜਾ ਨਾਗਰਿਕ ਹੈ ਠੀਕ ਹੈ ਜੀ ਜਨਮ ਭਾਰਤ ਦੇ ਵਿੱਚ ਮਾਤਾ ਪਿਤਾ ਭਾਰਤ ਦੇ ਵਿੱਚ ਹੋਣਗੇ ਉਹ ਭਾਰਤੀ ਹੋਣਗੇ ਠੀਕ ਹੈ ਜੀ ਆਰਟੀਕਲ 6 ਕੀ ਕਹਿੰਦਾ ਹੈ ਕਿ ਜਿਹੜੇ ਲੋਕ ਜਿਹੜੇ ਭਾਰਤ ਤੋਂ ਪਾਕਿਸਤਾਨ ਚਲੇ ਗਏ ਤੇ ਪਾਕਿਸਤਾਨ ਤੋਂ ਜਿਹੜਾ ਭਾਰਤ ਆਉਣਾ ਹੈ ਠੀਕ ਹੈ ਤੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੀ ਗੱਲ ਆ ਉਹ ਕਰਦਾ ਹੈ ਠੀਕ ਹੈ ਕਿ ਕਿਵੇਂ ਆ ਸਕਦੇ ਨੇ ਉਹ ਉਸ ਤੋਂ ਬਾਅਦ ਇੱਕ ਆਰਟੀਕਲ ਆਰਟੀਕਲ 7 ਹੈ ਉਹ ਕਹਿੰਦੇ 1 ਜੂਨ 1947 ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਠੀਕ ਹੈ ਕੋਈ ਵੀ ਵਿਅਕਤੀ ਭਾਰਤ ਤੋਂ ਜਿਹੜਾ ਪਾਕਿਸਤਾਨ ਜਾਂਦਾ ਤੇ ਫਿਰ ਭਾਰਤ ਆਉਂਦਾ ਤਾਂ ਉਸ ਨੂੰ ਜਿਹੜੇ 6 ਮਹੀਨੇ ਪਹਿਲਾਂ ਜਿਹੜਾ ਫਾਰਮ ਹੈ ਫਿਲ ਕਰਨਾ ਪਵੇਗਾ ਆਰਟੀਕਲ 8 ਕਹਿੰਦਾ ਜੀ ਅੰਜਿਸਟ ਰਜਿਸਟ੍ਰੇਸ਼ਨ ਜਿਹੜੀ ਕਰवानी ਆ ਉਹ ਪਵੇਗੀ ਠੀਕ ਹੈ ਜੇਕਰ ਉਹ ਵੰਡ ਹੋਈ ਜੋ ਦੇਸ਼ ਦੀ ਵੰਡ ਹੋਈ ਤਾਂ ਉਦੋਂ ਬਾਹਰ ਹੈ ਕਿਤੇ ਠੀਕ ਹੈ ਤਾਂ ਉਹਨੂੰ ਜਿਹੜੀ ਰਜਿਸਟ੍ਰੇਸ਼ਨ ਕਰवानी ਆ ਉਹ ਪਵੇਗੀ ਆਰਟੀਕਲ 9 ਕਹਿੰਦਾ ਜੀ ਜੇਕਰ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦੇ ਆ ਤਾਂ ਉਹਦੇ ਨਾਲ ਸੰਬੰਧਤ ਨਿਯਮ ਹੈ ਤੇ ਨਾਗਰਿਕਤਾ ਇੰਡੀਆ ਦੀ ਜਿਹੜੀ ਖਤਮਾ ਕਰ ਦਿੱਤੀ ਜਾਵੇਗੀ ਆਰਟੀਕਲ 10 ਦੀ ਗੱਲ ਕਰੀਏ ਤਾਂ ਸੰਸਦ ਜਿਹੜੀ ਕਾਨੂੰਨ ਹੈ ਉਹ ਸੰਸਦ ਦੇ ਦੁਆਰਾ ਬਣਾਏ ਜਾਣਗੇ ਨਾਗਰਿਕਤਾ ਦੇ ਨਾਲ ਸੰਬੰਧਤ ਆਰਟੀਕਲ 11 ਪਾਵਰ ਨੇ ਜਿੰਨੀਆਂ ਵੀ ਸ਼ਕਤੀਆਂ ਨੇ ਉਹ ਸੰਸਦ ਦੇ ਕੋਲ ਠੀਕ ਹੈ ਜੀ ਸੋ ਇਹ ਵਾਲਾ ਸੀ ਆਪਣਾ ਜਿਹੜਾ ਟੌਪਿਕ ਸੀ ਨਾਗਰਿਕਤਾ ਦੇ ਨਾਲ ਸੰਬੰਧਤ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਤੁਸੀਂ ਲਾਈਕ ਕਰਨਾ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪਸ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ